ਅਹੁਦੇਦਾਰਾਂ ਨੇ ਪੇਸ਼ ਹੋ ਕੇ ਆਪਣੇ ਆਪ ਨੂੰ ਸਵੀਕਾਰ ਕੀਤਾ ਸੀ ਕਿ ਸਾਡੀ ਸਰਕਾਰ ਵਿੱਚ ਸਾਥੋਂ ਗਲਤੀਆਂ ਹੋਈਆਂ। ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਸੱਦਿਆ ਗਿਆ ਸੀ, ਉਹ ਵੀ ਆਪਣਾ ਇੱਕ ਲੈਟਰ ਪੱਤਰ ਦੇ ਕੇ ਆਏ ਸੀ। ਉਹਦੇ ਸੰਬੰਧ ਵਿੱਚ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਰੀ ਇਹਨਾਂ ਦੀ ਕੈਬਨਿਟ ਮਿਨਿਸਟਰੀ ਜਿਹੜੀ 2007 ਤੋਂ ਲੈ ਕੇ 2017 ਤੱਕ ਵੱਖ ਵੱਖ ਮਿਨਿਸਟਰੀਆਂ 'ਚ ਰਹੇ ਆ, ਉਹ ਸਾਰੇ ਹੀ ਆਪੋ ਆਪਣਾ ਗੁਨਾਹ ਆ ਕੇ ਦੱਸਣ, ਵਿਅਕਤੀਗਤ ਤੌਰ 'ਤੇ ਆਪਣੇ ਗੁਨਾਹ ਕਬੂਲ ਕਰਨ। ਅਤੇ 15 ਦਿਨਾਂ ਦਾ ਉਹਨੂੰ ਟਾਈਮ ਦਿੱਤਾ ਕਿ ਉਦੋਂ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਤਨਖਾਹੀਆ ਕਰਾਰ ਦੇ ਤਾ। ਦੇਖੋ, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਇਹ 14 ਸਤੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਹਦੀ ਸਥਾਪਤੀ ਹੋਈ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ 'ਚ, ਜਥੇਦਾਰ ਅਕਾਲ ਤਖਤ ਸਾਹਿਬ ਦੀ ਮੌਜੂਦਗੀ 'ਚ ਉਦੋਂ ਸੰਵਿਧਾਨ ਘੜਿਆ ਗਿਆ। ਸੰਵਿਧਾਨ 'ਚ ਕਈ ਵਾਰੀ ਤਬਦੀਲੀਆਂ ਵੀ ਹੋਈਆਂ, ਪਰ ਜਿਹੜਾ ਮੁੱਢਲਾ ਸੰਵਿਧਾਨ ਸੀ ਕਿ ਇਹਦੇ ਜਿਹੜੇ ਮੁੱਢਲੇ ਮੈਂਬਰ ਨੇ, ਇਹਦੇ ਜਿਹੜੇ ਅਹੁਦੇਦਾਰ ਨੇ, ਉਹ ਅੰਮ੍ਰਿਤਧਾਰੀ ਹੋਣਗੇ। ਔਰ ਕੋਈ ਵੀ ਪਤਿਤ ਸਿੱਖ ਅਤੇ ਕੋਈ ਤਨਖਾਹੀਆ ਸਿੱਖ ਇਹਦਾ ਅਹੁਦੇਦਾਰ ਨਹੀਂ ਬਣ ਸਕਦਾ, ਜਿਹੜਾ ਕਿਉਂਕਿ ਜਿਹੜਾ ਪਤ ਜਿਵੇਂ ਹੁਣ ਸੁਖਬੀਰ ਸਿੰਘ ਬਾਦਲ ਹੈ, ਇਹਨੂੰ ਤਨਖਾਹੀਆ ਕਰਾਰ ਦਿੱਤਾ, ਇਹ ਕਿਸੇ ਵੀ ਤਖ਼ਤ 'ਤੇ ਜਾ ਕੇ ਦੇਗ ਨਹੀਂ ਕਰਾ ਸਕਦਾ, ਅਰਦਾਸ ਨਹੀਂ ਕਰਾ ਸਕਦਾ, ਇਹ ਫਿਰ ਅਕਾਲੀ ਦਲ ਦਾ ਪ੍ਰਧਾਨ ਕਿਵੇਂ ਰਹਿ ਸਕਦਾ? ਹੁਣ ਤੱਕ ਜਿੱਥੋਂ ਤੱਕ ਮੈਨੂੰ ਇਨਫੋਰਮੇਸ਼ਨ ਹੈ, ਹੁਣ ਤੱਕ ਵੀ ਉਹਨੇ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡੀ। ਉਹਨੇ ਇੱਕ ਕਾਰਜਕਾਰੀ ਪ੍ਰਧਾਨ ਬਣਾਇਆ, ਸਤਿਕਾਰਯੋਗ ਨੇ ਸਾਰੇ, ਅਸੀਂ ਕਿਸੇ 'ਤੇ ਕਿੰਤੂ ਨਹੀਂ ਕਰਦੇ, ਪਰ ਸੰਵਿਧਾਨ ਦੇ ਮੁਤਾਬਕ ਪ੍ਰਧਾਨ ਅੰਮ੍ਰਿਤਧਾਰੀ ਹੋਣਾ ਚਾਹੀਦਾ, ਖੁੱਲ੍ਹੀ ਦਾੜ੍ਹੀ ਹੋਣੀ ਚਾਹੀਦੀ ਹੈ, ਦਾੜ੍ਹੀ ਰੰਗਦਾ ਨਹੀਂ ਹੋਣਾ ਚਾਹੀਦਾ। ਕੀ ਇਹਨਾਂ ਕੋਲ ਸਾਰੀ ਪਾਰਟੀ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਉੱਪਰ ਦੀ ਕਿਰਪਾਨ ਪਾਉਂਦਾ ਹੋਵੇ, ਦਾੜ੍ਹੀ ਖੁੱਲ੍ਹੀ ਰੱਖਦਾ ਹੋਵੇ? ਹੁਣ ਵੀ ਉਹਨਾਂ ਨੇ ਸਰਦਾਰ ਭੁੰਦੜ ਨੂੰ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ, ਜਿਹੜੇ ਕਿ ਅੰਮ੍ਰਿਤਧਾਰੀ ਵੀ ਹੈ ਨਹੀਂ ਅਤੇ ਦਾੜ੍ਹੀ ਵੀ ਬਣਦੇ। ਹੁਣ ਸ਼ਾਇਦ ਅੱਜ ਪਤਾ ਲੱਗਾ, ਸ਼ਾਇਦ ਅੰਮ੍ਰਿਤ ਛਕਣ ਜਾਣਗੇ ਜਾਂ ਗਏ। ਕਹਿਣ ਤੋਂ ਭਾਵ ਕਿ ਐਡਾ ਵੱਡਾ ਅਕਾਲੀ ਦਲ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਬਣਿਆ, ਉਹਦੇ ਕੋਲ ਕਿਹੜਾ ਅਕਾਲ ਪੈ ਗਿਆ? ਇੱਥੋਂ ਤੱਕ ਕਿ ਅਸੀਂ ਖੁਦ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਰਹੇ, ਕਹਿੰਦੇ ਰਹੇ ਕਿ ਤੈਨੂੰ ਦਾੜਾ ਖੁੱਲ੍ਹਾ ਛੱਡਣਾ ਚਾਹੀਦਾ, ਕਿਰਪਾਨ ਉੱਪਰ ਦੀ ਪਾਉਣੀ ਚਾਹੀਦੀ ਹੈ। ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੇ ਤੌਰ 'ਤੇ ਪੁੱਛ ਲਿਆ ਸੀ ਕਿ ਪ੍ਰਧਾਨ ਜੀ ਤੁਹਾਡੀ ਕਿਰਪਾਨ ਕਿੱਥੇ ਹੈ, ਅਤੇ ਇਹਦੇ ਕੋਲ ਕਿਰਪਾਨ ਹੈ ਨਹੀਂ। ਬੜੇ ਸਿੱਖਾਂ ਨੂੰ ਇਸਦੀ ਸ਼ਰਮਿੰਦਗੀ ਝੱਲਣੀ ਪਈ, ਪਰ ਇਹਦੇ ਬਾਵਜੂਦ ਵੀ ਕਦੇ ਵੀ ਤੁਸੀਂ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਉੱਪਰ ਦੀ ਕਿਰਪਾਨ ਪਾਈ ਨਹੀਂ ਦੇਖੀ ਹੋਣੀ, ਅੱਜ ਵੀ ਨਹੀਂ ਪਾਈ ਸੀ। ਸੋ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਹੁਣ ਤਾਂ ਹੱਦ ਹੀ ਹੋ ਗਈ, ਜਦੋਂ ਤਨਖਾਹੀਆ ਕਰਾਉਣ ਦੇ ਦਿੱਤਾ ਗਿਆ ਸੀ ਅਤੇ 5 ਮਿੰਟ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਪ੍ਰੈਸ ਦੇ ਸਾਹਮਣੇ ਉਹਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਪੱਕੇ ਤੌਰ 'ਤੇ ਅਸਤੀਫਾ ਦਿੱਤਾ, ਅਤੇ ਹੁਣ ਜਿਹੜੀ ਮੇਰੇ ਅਕਾਲੀ ਦਲ ਦੀ ਕੋਰ ਕਮੇਟੀ ਹੈ ਜਾਂ ਕਾਰਜਕਾਰਨੀ ਹੈ ਜਾਂ ਅਹੁਦੇਦਾਰ ਨੇ, ਉਹ ਆਪਣਾ ਪ੍ਰਧਾਨ ਚੁਣ ਲੈਣ। ਪਰ ਇਹ ਕੁਝ ਨਹੀਂ ਹੋਇਆ ਉਸੇ ਤਰ੍ਹਾਂ ਹੀ, ਤਾਂ ਹੀ ਸਿੰਘ ਸਾਹਿਬਾਂ ਨੇ ਜਿਹੜਾ ਇਹ ਕਿਹਾ ਕਿ ਉਹ ਇੱਕ ਸਧਾਰਨ ਨਿਮਾਣੇ ਸਿੱਖ ਦੇ ਤੌਰ 'ਤੇ ਆ ਕੇ ਪੇਸ਼ ਹੋਵੇ। ਜੇ ਹੁਣ ਪ੍ਰਧਾਨਗੀ ਦਾ ਛੱਜ ਵੀ ਬੰਨਿਆ ਨਾਲ, ਤਾਂ ਫਿਰ ਨਿਮਾਣਾ ਸਿੱਖ ਤਾਂ ਹੋ ਨਹੀਂ ਸਕਦਾ। ਇਸ ਕਰਕੇ ਹੁਣ ਵੀ ਉਹਨਾਂ ਨੂੰ ਇਸ ਗੱਲ ਦੇ ਇਲਮ ਨਹੀਂ ਕਿ ਜਿਹੜੀ ਇਹ ਅਕਾਲੀ ਦਲ ਦੀ ਬਣਤਰ ਸੀ, ਇਹ ਕਿਸ ਢੰਗ ਦੀ ਸੀ, ਕਿਵੇਂ ਦਾ ਬੋਲਬਾਲਾ ਸੀ, ਕਿਵੇਂ ਪੰਜਾਬ ਦੇ ਵਿੱਚ
ਇਹ ਸਟੇਟ ਦੀ ਰੱਖਿਆ ਲਈ, ਸਟੇਟ ਦੇ ਹਿੱਤਾਂ ਲਈ ਜੂਝਦੀ ਸੀ, ਅਤੇ ਅੱਜ ਇਹ ਕਿਵੇਂ ਪਾਣੀਓ ਪਤਲੀ ਹੋ ਕੇ ਇਹ ਹਾਸ਼ੀ ਤੋਂ ਬਾਹਰ ਨਿਕਲ ਗਈ। ਇਹ ਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਦੇ ਰਾਜ ਵਿੱਚ ਹੋਇਆ। ਹੁਣ ਇੱਕ ਪਾਸੇ ਤਾਂ ਇਹਨਾਂ ਗੱਲਾਂ ਦਾ ਦੋਸ਼ੀ ਠਹਿਰਾ ਦਿੱਤਾ ਗਿਆ, ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਾਂ, ਮੈਂ ਜਥੇਦਾਰ ਰਿਹਾ ਅਕਾਲ ਤਖਤ ਦਾ, ਜਿਵੇਂ ਅਦਾਲਤ ਹੁੰਦੀ ਹੈ ਨਾ, ਅਦਾਲਤ ਦੇ ਵਿੱਚ ਚਲਾਣ ਪੇਸ਼ ਹੋ ਜਾਂਦਾ, ਕੇਸ ਬਾਅਦ 'ਚ ਲੜਿਆ ਜਾਂਦਾ, ਚਲਾਣ ਪੇਸ਼ ਹੋਣ ਦੇ ਬਾਅਦ ਉਹਨੂੰ ਦੋਸ਼ੀ ਮੰਨ ਲਿਆ ਜਾਂਦਾ, ਭਾਵੇਂ ਅੰਡਰ ਟ੍ਰਾਇਲ ਹੀ ਹੁੰਦਾ ਉਹ। ਅੱਜ ਉਹਦਾ ਚਲਾਣ ਪੇਸ਼ ਹੋ ਗਿਆ, ਉਹਨੂੰ ਤਨਖਾਹੀਆ ਕਰਾਰ ਦੇ ਤਾ, ਹਾਲੇ ਕੇਸ ਚੱਲਣਾ ਬਾਕੀ ਹੈ, ਬਕਾਇਦਾ ਇਹਨੂੰ ਹਾਲੇ ਪੁੱਛਿਆ ਜਾਣਾ ਹੈ ਵੀ ਆਹ ਗੁਨਾਹ ਤੇਰੀ ਸਰਕਾਰ ਵੇਲੇ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਜਿਨ੍ਹਾਂ ਬੰਦਿਆਂ ਨੇ ਬੇਅਦਬੀ ਕੀਤੀ ਤੂੰ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ, ਜੇ ਨਹੀਂ ਅਰੈਸਟ ਹੋ ਸਕੇ ਤਾਂ ਉਹਦੇ ਵਾਸਤੇ ਤੂੰ ਕੀ ਕੀਤਾ, ਕਿੱਥੇ ਤੂੰ ਪੋਸਟਰ ਲਾਏ, ਕਿੱਥੇ ਤੂੰ ਇਸ਼ਤਿਹਾਰ ਲਾਏ, ਉਹਨਾਂ ਦੇ ਫੜਨ ਵਾਸਤੇ ਤੂੰ ਪ੍ਰਬੰਧ ਕੀ ਕੀਤਾ, ਇਹ ਗੱਲਾਂ ਤਮਾਮ ਪੁੱਛੀਆਂ ਜਾਣੀ। ਫਿਰ ਇਹ ਵੇਖਿਆ ਜਾਣਾ ਕਿ ਕੁਝ ਗੱਲਾਂ ਮੁਆਫ ਹੋ ਸਕਦੀਆਂ, ਕੁਝ ਨਹੀਂ ਹੋ ਸਕਦੀਆਂ। ਮੈਂ ਉਦਾਹਰਣ ਦੇ ਤੌਰ 'ਤੇ ਦੱਸਦਾ ਕਿ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਨੂੰ ਦੁਨੀਆ ਜਾਣਦੀ ਹੈ, ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਅਤੇ ਉਹਦੇ ਵਿੱਚੋਂ ਭਾਈ ਸੁੱਖਾ ਸਿੰਘ ਨੇ ਆਪਣੀ ਕੁੜੀ ਦਾ ਕਤਲ ਕਰ ਦਿੱਤਾ ਸੀ, ਸਿੱਖ ਪੰਥ ਨੇ ਉਹਨੂੰ ਤਨਖੀਆ ਕਰਾਰ ਦਿੱਤਾ, ਪਿੱਛੇ ਕਰਤਾ ਸੀ, ਉਹ ਚੁੱਪ ਕਰਕੇ ਬੈਠ ਗਏ। ਪਰ ਜਦੋਂ ਮੁਗਲਾਂ ਦੇ ਨਾਲ ਬਹੁਤ ਵੱਡੀ ਲੜਾਈ ਦੇ ਵਿੱਚ ਉਹ ਲੜਦਾ ਹੋਇਆ ਫੱਟੜ ਹੋ ਗਿਆ, ਅਤੇ ਫਿਰ ਉਹਦੀ ਫਰਿਆਦ ਦੇ ਵਿੱਚ ਉਹਨੂੰ ਵਾਪਸ ਲੈ ਲਿਆ ਗਿਆ ਸੀ। ਇਹੋ ਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹੈ, ਬਹੁਤ ਸਾਰੀ ਸਾਡੀ ਇਹ ਹਿਸਟਰੀ ਹੈ, ਜਿਹਦੇ ਵਿੱਚ ਜਦੋਂ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਉਹ ਕਿਸੇ ਅਹੁਦੇ 'ਤੇ ਨਹੀਂ ਰਹਿ ਸਕਦਾ। ਇਸ ਵਾਸਤੇ ਤੁਰੰਤ ਅੱਜ ਵੀ ਆਹ ਮੇਰੀ ਹੁਣ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜੇ ਸੁਖਬੀਰ ਸਿੰਘ ਬਾਦਲ ਸੁਣਦੇ ਆ ਤਾਂ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਕੇ, ਕਿਉਂਕਿ ਹੁਣ ਉਹ ਤਨਖਾਹੀਆ ਕਰਾਰ ਹੈ, ਹੁਣ ਕਿਸੇ ਨੂੰ ਪ੍ਰਧਾਨ ਨਹੀਂ ਬਣਾ ਸਕਦਾ, ਕਿਸੇ ਨੂੰ ਪ੍ਰਧਾਨ ਥਾਪ ਨਹੀਂ ਸਕਦਾ, ਕਿਸੇ ਨੂੰ ਆਪਣੀ ਸ਼ਕਤੀ ਨਹੀਂ ਦੇ ਸਕਦਾ, ਕਿਉਂਕਿ ਤਨਖਾਹੀ ਆ ਤਾਂ ਉਹ ਆਪਣੀ ਪਾਰਟੀ 'ਤੇ ਛੱਡੇ ਕੇ ਪਾਰਟੀ ਕਿਹਨੂੰ ਪ੍ਰਧਾਨ ਬਣਾਉਂਦੀ ਹੈ, ਪਾਰਟੀ ਕਿਹਨੂੰ ਚਾਹੁੰਦੀ ਹੈ, ਪਾਰਟੀ ਦੇ ਕਿਹਦੇ ਵਿੱਚ ਹੈਤਾ, ਉਹਨੂੰ ਇਹ ਕਰਨਾ ਚਾਹੀਦਾ। ਦੂਸਰੀ ਗੱਲ, ਇਹ ਇੱਕ ਦਿਨ ਦੀ ਗੱਲ ਨਹੀਂ, ਇਹ ਦੇਖੋ 2007 ਤੋਂ ਲੈ ਕੇ ਵਾਪਰਦੀਆਂ ਘਟਨਾਵਾਂ ਦਾ ਵਾਰ ਵਾਰ ਜ਼ਿਕਰ ਵੀ ਹੁੰਦਾ ਰਿਹਾ, ਵਾਰ ਵਾਰ ਮੰਗ ਵੀ ਉੱਠਦੀ ਰਹੀ। ਮੈਂ ਇਸ ਗੱਲ ਤੋਂ ਹੈਰਾਨ ਹਾਂ, ਇਹ ਤਾਂ ਡਿਪਟੀ CM ਸੀਗਾ, ਉਪ ਮੁੱਖ ਮੰਤਰੀ ਸੀ, ਸਟੇਟ ਦਾ ਗ੍ਰਹਿ ਮੰਤਰੀ ਸੀ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਨੂੰ ਤਾਂ ਫਖਰੇ ਕੌਮ ਦਿੱਤਾ ਜਾ ਰਿਹਾ, ਅਤੇ ਪੁੱਤਰ ਨੂੰ ਤਨਖਾਹੀਆ ਕਰਾਰ, ਜਿਹੜੀ ਡਿਪਟੀ ਸੀ। ਅੱਜ ਦੀ ਪ੍ਰੈਸ ਕਾਨਫਰੰਸ ਮੈਂ ਵਿਸ਼ੇਸ਼ ਤੌਰ 'ਤੇ ਇਹ ਕਹਿਣਾ ਚਾਹੁੰਦਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਰੂਪ ਵਿੱਚ ਦੇ ਕੇ ਆਏ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰੇ ਕੌਮ ਅਵਾਰਡ ਦਿੱਤੇ ਗਏ ਆ ਉਹ ਉਹਨਾਂ ਤੋਂ ਵਾਪਸ ਲੈ ਜਾਣ, ਕਿਉਂਕਿ ਉਹ ਡਿਜ਼ਰਵ ਹੀ ਨਹੀਂ ਕਰਦੇ। ਉਹਨਾਂ 'ਤੇ ਜੋ ਦੋਸ਼ ਲੱਗੇ, ਜੋ ਸਾਬਤ ਹੋ ਰਹੇ ਅੱਜ, ਇੱਕ ਤਾਂ ਹੁੰਦਾ ਦੋਸ਼ ਲਾ ਦੇਣੇ, ਇੱਕ ਅੱਜ ਅਕਾਲ ਤਖਤ ਸਾਹਿਬ 'ਤੇ ਸਾਬਤ ਹੋ ਰਹੇ ਨੇ। ਇਸ ਕਰਕੇ ਭਾਵੇਂ ਉਹ ਅੱਜ ਦੁਨੀਆ 'ਚ ਨਹੀਂ ਰਹੇ, ਪਰ ਅਵਾਰਡ ਤਾਂ ਇਹਨਾਂ ਦੇ ਘਰ ਹੀ ਪਿਆ ਨਾ, ਦੁਨੀਆ ਦੇ ਵਿੱਚ ਤਾਂ ਇੱਕ ਉਜਾਗਰ ਹੈ ਨਾ, ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਸਫੀਲ 'ਤੇ ਖੜ੍ਹ ਕੇ ਉਹਨਾਂ ਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ, ਉਹ ਵਾਪਸ ਲੈਣਾ ਚਾਹੀਦਾ, ਤਾਂ ਕਿ ਪਤਾ ਲੱਗੇ ਕੌਮ ਨੂੰ ਕਿ ਇਹ ਜਿਹੜੇ ਬੰਦੇ ਇਹੋ ਜਿਹੇ ਗਨਾਈਏ ਹੋਣ ਉਹਨਾਂ ਨੂੰ ਇਹੋ ਜਿਹੇ ਅਵਾਰਡ ਨਹੀਂ ਦਿੱਤੇ ਜਾ ਸਕਦੇ। ਸੋ ਦੂਸਰੀ ਮੈਂ ਬੇਨਤੀ ਕਰਾਂ ਕਿ ਜਿਹੜੇ ਬੰਦੇ ਨਾਲ ਦੇ ਮਿਨਿਸਟਰੀਆਂ 'ਚ ਰਹੇ, ਉਹ ਭਾਵੇਂ ਅੱਜ ਬਾਗੀ ਕਹਿ ਲਓ, ਉਹ ਕਹਿੰਦੀ ਅਸੀਂ ਬਾਗੀ ਹਾਂ, ਇਹ ਦਾਗੀ ਆ, ਚਲੋ ਇਹਨਾਂ ਨੇ ਉਹਨਾਂ ਨੇ ਆਪਦਾ ਸਪਸ਼ਟੀਕਰਨ ਤਾਂ ਆਪ ਦੇਣਾ, ਉਹਨਾਂ ਨੂੰ ਵੀ ਬਿਨਾਂ ਦੇਰ
ਆਪਣੇ ਉਹਦੇ ਜਿਹੜੇ ਅੱਜ ਉਹਨਾਂ ਕੋਲ ਉਹਦੇ ਹੈਗੇ ਆ, ਭਾਵੇਂ ਕਿਸੇ ਨੂੰ ਕੁਛ ਬਣਾਤਾ, ਕਿਸੇ ਨੂੰ ਕੁਛ ਬਣਾਤਾ, ਉਹਨਾਂ ਨੂੰ ਵੀ ਆਪਣੇ ਉਹਦੇ ਛੱਡ ਦੇਣੇ ਚਾਹੀਦੇ ਆ। ਉਹਨਾਂ ਤੋਂ ਨਵੀਂ ਜਨਰੇਸ਼ਨ ਹੈਗੀ ਹੈ, ਉਹਨਾਂ ਨੂੰ ਅੱਗੇ ਲਿਆਉਣ, ਉਹਨਾਂ ਨੂੰ ਅੱਗੇ ਮੌਕਾ ਦੇ ਦੇਣ ਵੀ ਸਾਡੇ ਕੋਲ ਗਲਤੀਆਂ ਹੋਈਆਂ, ਅਸੀਂ ਕੁਤਾਹੀਆਂ ਕੀਤੀਆਂ ਅਤੇ ਅਸੀਂ ਭੁਗਤਾਂਗੇ, ਉਹਦੇ ਤੋਂ ਬਾਅਦ ਅਸੀਂ ਆਪਣਾ ਇਸ ਅਕਾਲੀ ਦਲ ਦੀ ਸੇਵਾ 'ਚ ਆ ਸਕਦੇ ਹਾਂ। ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ। ਵੈਸੇ ਤਾਂ ਇਹ ਸਿੰਘ ਸਾਹਿਬਾਨਾਂ ਦਾ ਖੇਤਰ ਹੈ, ਉਹਦੇ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ, ਪਰ ਇੱਕ ਸਲਾਹ ਦੇ ਤੌਰ 'ਤੇ, ਕਿਉਂਕਿ ਮੈਂ ਖੁਦ ਜਥੇਦਾਰ ਰਿਹਾ, ਇਹਨਾਂ ਨੂੰ ਇੱਕ ਵਿਦਵਾਨਾਂ ਦਾ, ਸਿੱਖ ਵਿਦਵਾਨਾਂ ਦਾ, ਜਿਹਦੇ ਵਿੱਚ ਜਿਹੜੇ ਜੁਡੀਸ਼ਰੀ ਨੂੰ ਜਾਣਦੇ ਹੋਣ, ਜਿਹੜੇ ਕਾਨੂੰਨ ਨੂੰ ਜਾਣਦੇ ਹੋਣ, ਹਿਸਟਰੀ ਨੂੰ ਜਾਣਦੇ ਹੋਣ, ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਜਾਣਦੇ ਹੋਣ, ਉਹਨਾਂ ਦਾ ਇੱਕ ਪੈਨਲ ਬਣਾਉਣਾ ਚਾਹੀਦਾ। ਉਹਦੇ ਵਿੱਚੋਂ ਇਹ ਕੇਸ ਅਲੱਗ ਅਲੱਗ ਕਰ ਲੈਣੇ ਚਾਹੀਦੇ ਆ, ਵੀ ਆ ਜਿਵੇਂ ਬਹਿਬਲ ਕਲਾਂ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੀਆਂ ਸੰਗਤਾਂ 'ਤੇ ਗੋਲੀਆਂ ਚਲਾਈਆਂ ਗਈਆਂ, ਸਰਦਾਰ ਸੁਖਬੀਰ ਸਿੰਘ ਗ੍ਰਹਿ ਮੰਤਰੀ ਸੀਗਾ, ਦੋ ਬੰਦਿਆਂ ਦੇ ਕਤਲ ਹੋ ਗਏ, ਇਹੋ ਜਿਹੇ ਕੇਸ ਅਲੱਗ ਕੱਢ ਲੈਣੇ ਚਾਹੀਦੇ ਆ। ਗੁਰੂ ਸਾਹਿਬ ਦੀਆਂ ਬਿਰਵੀਆਂ ਹੋਈਆਂ, ਰੂੜੀਆਂ ਦੇ ਉੱਤੇ ਪੱਤੇ ਰੋਲੇ ਗਏ, ਘਰ ਘਰ ਦੀ ਤਲਾਸ਼ੀ ਲੈਂਦੇ ਆ ਲੈਂਦੇ ਆ, ਵਿੱਚੋਂ ਰੋਕ ਦਿੱਤੀ ਗਈ ਵੀ ਇਹ ਤਲਾਸ਼ੀ ਨਹੀਂ ਹੋਣੀ ਚਾਹੀਦੀ। ਉਹਦੇ ਕੀ ਕਾਰਨ ਸੀ? ਜੋ ਸਰਦਾਰ ਖੱਟੜੇ ਨੇ ਗੱਲਾਂ ਕਹੀਆਂ ਉਹ ਵੀ ਲੈ ਲੈਣੀ ਚਾਹੀਦੀਆਂ। ਅੱਜ ਇਹ ਦੂਜੇ ਪਾਸੇ ਚੱਲੇ ਹੋਏ ਨੇ। ਜੇ ਪ੍ਰਦੀਪ ਕਲੇਰ ਕਹਿੰਦਾ ਵੀ ਆਹ ਗੱਲ ਮੇਰੇ ਕੋਲ ਮੰਨੇ ਆ, ਫਲਾਨੇ ਟਾਈਮ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਮਿਲਣ ਗਏ ਸੀ, ਉਹ ਕਹਿੰਦੇ ਤੂੰ ਤਾਂ ਦੋਸ਼ੀ ਆ, ਉਹ ਤਾਂ ਦੋਸ਼ੀ ਹੈਗਾ, ਉਹ ਤਾਂ ਵਾਅਦਾ ਮਾਰ। ਇਹਦੇ ਵਾਸਤੇ ਜੇ ਆਪਾਂ ਕਹਿੰਦੇ ਤੂੰ ਦੋਸ਼ੀ ਹੈ ਅਤੇ ਮੇਰਾ ਦੋਸ਼ ਤਾਂ ਦੇਖੋ, ਮੈਂ ਬੇਦੋਸ਼ ਤਾਂ ਹੋ ਨਹੀਂ ਸਕਦਾ। ਗੱਲ ਚੱਲ ਰਹੀ ਹੈ ਕਿ ਜਿਹੜੇ ਤੁਸੀਂ ਦੋਸ਼ ਕੀਤੇ ਹੈ, ਤੁਸੀਂ ਜਿਹੜੇ ਲੁਕ ਛਿਪ ਕੇ ਸੀਕ੍ਰੀਟ ਮੀਟਿੰਗਾਂ ਕੀਤੀਆਂ ਹੈ, ਉਹਨਾਂ ਦਾ ਜਵਾਬ ਤੁਹਾਨੂੰ ਅਕਾਲ ਤਖ਼ਤ 'ਤੇ ਦੇਣਾ ਪੈਣਾ। ਉਹਦੇ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਪੰਜ ਸਿੰਘ ਸਾਹਿਬਾਨਾਂ ਨੂੰ ਪੈਨਲ ਬਣਾ ਦੇਣਾ ਚਾਹੀਦਾ। ਇਹਦੇ 'ਚ ਬਿਲਕੁਲ ਕਾਹਲੀ ਨਹੀਂ ਕਰਨੀ ਚਾਹੀਦੀ ਕਿ ਦੇਖੋ ਪਹਿਲਾਂ ਜਦੋਂ ਸੌਦਾ ਸਾਧ ਨੂੰ ਮਾਫ਼ੀ ਦਿੱਤੀ, ਸਿੱਖ ਨਾ ਭਾਵਨਾਵਾਂ ਭੜਕ ਗਈਆਂ, ਬਹੁਤ ਸਾਰਾ ਨੁਕਸਾਨ ਹੋਇਆ, ਅੱਗਾਂ ਲੱਗ ਗਈਆਂ, ਫਿਰ ਇਹ ਉਹ ਤੋਂ ਜੇ ਦਿੱਤੀ ਹੋਈ ਮਾਫ਼ੀ ਸੀ ਵਾਪਸ ਲੈਣੀ ਪਈ, ਕਿ ਇਹੋ ਜਿਹਾ ਕੰਡ ਨਾ ਵਾਪਰੇ। ਇਹਦੇ 'ਚ ਬਿਲਕੁਲ ਕੋਈ ਕਾਹਲੀ ਨਾ ਕਰਨ, ਜਲਦਬਾਜ਼ੀ ਨਾ ਕਰਨ। ਇਹ 'ਚ ਬਹੁਤ ਪੁਣ ਛਾਣ ਕਰਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਸਿੱਖ ਭਾਵਨਾ ਦੀਆਂ ਤਰਜਮਾਨੀਆਂ ਦੇ ਅਨੁਸਾਰ ਸਾਰਾ ਇਹ ਕੇਸ ਸਾਹਮਣੇ ਲਿਆ ਕੇ ਫਿਰ ਸਜ਼ਾ ਦੇ ਤਕਾਜ਼ੇ 'ਤੇ ਜਾਣਾ ਚਾਹੀਦਾ। ਜਿਵੇਂ ਅੱਜ ਇੱਕ ਭੁਲੇਖਾ ਪਾਊ ਜੀ ਗੱਲ ਵਿੱਚ ਨਜ਼ਰ ਆਉਂਦੀ ਹੈ ਕਿ ਸਰਦਾਰ ਸੁਖਬੀਰ ਸਿੰਘ 15 ਦਿਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਦੇ ਵਿੱਚ ਪੰਜ ਸਿੰਘ ਸਾਹਿਬਾਂ ਦੇ ਸਾਹਮਣੇ ਜਦੋਂ ਆ ਕੇ ਆਪਣੀਆਂ ਗਲਤੀਆਂ ਮਾਫ਼ ਕਰ ਲੈਣ, ਉਦੋਂ ਤੱਕ ਇਹਨਾਂ ਨੂੰ ਤਨਖਾਹੀਏ ਕਰਾ ਦਿੱਤਾ ਜਾ ਰਿਹਾ ਕਿ ਜੇ ਉਹ ਆ ਕੇ ਚੁੱਪ ਚਪੀਤੇ ਆ ਕੇ ਆਪਣੀ ਮਾਫ਼ੀ ਮੰਗ ਲੈਂਦੇ ਆ ਤਾਂ ਕਿੰਨੇ ਕੇਸ ਨੇ, ਕੋਈ ਇੱਕ ਕੇਸ ਤਾਂ ਹੈ ਨਹੀਂ ਜਿਨ੍ਹਾਂ ਦੇ ਨਾਲ ਭਾਵਨਾਵਾਂ ਨਹੀਂ ਭੜਕੀਆਂ ਇਕੱਲੀਆਂ ਸਿੱਖ ਸੰਗਤ ਅਕਾਲੀ ਦਲ ਨਾਲੋਂ ਟੁੱਟ ਗਈ। ਉਹਦਾ ਸਾਨੂੰ ਪੰਜਾਬ ਨੂੰ ਨੁਕਸਾਨ ਹੋਇਆ, ਪੰਜਾਬ ਦੀ ਖੇਤਰੀ ਪਾਰਟੀ ਖਤਮ ਹੋ ਗਈ। ਇਹ ਸਾਰਾ ਕੁਝ ਜਿਹੜਾ ਕੁਝ ਵਾਪਰਿਆ ਉਹਦਾ ਮੁੱਖ ਕਾਰਨ ਕੌਣ ਹੈ? ਮੁੱਖ ਕਾਰਨ ਹੈ ਸੁਖਬੀਰ ਸਿੰਘ ਬਾਦਲ। ਫਿਰ ਦੇਖੋ ਕਦੇ ਆਪਦੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਕਿਰਤਾ ਕਹਿੰਦੇ ਜੀ ਅਸੀਂ ਨਿਸ਼ਾਨ ਸਾਹਿਬਾ ਦੇ ਚੋਲੇ ਦੇ ਰੰਗ ਬਦਲਤੇ, ਕਿਤੇ 35-35 ਸਾਲ ਜੇਲ੍ਹ ਕੱਟੀ ਵਾਲੇ ਭਾਈ ਗੁਰਦੀਪ ਸਿੰਘ ਖੇੜੇ ਵਰਗਿਆਂ ਨੂੰ ਆਪਣੀ ਸਟੇਜ 'ਤੇ ਬੁਲਾ ਕੇ ਝੂਠੇ ਇਲਜ਼ਾਮ ਲਾ ਦੇਣੇ, ਫਿਰ ਉਹਦੇ ਜਵਾਬ ਦੇਣ ਜੋਗੇ ਵੀ ਨਹੀਂ ਰਹਿਣਾ। ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੀਆਂ ਘੜਦੇ ਨੇ ਕਿ ਸ਼ਾਇਦ ਸਾਡੇ ਗੁਨਾਹਾਂ 'ਤੇ ਪਰਦਾ ਪੈ ਜੇ। ਪਰਦਾ ਪਾਉਣ ਦੀ ਬਜਾਏ ਇਹਨਾਂ ਨੂੰ ਸਪੱਸ਼ਟਤਾ ਲਿਆ ਕੇ ਆਪਣੇ ਆਪ ਵਿੱਚ ਕਹਿ ਦੇਣਾ ਚਾਹੀਦਾ ਕਿ ਸਾਡੇ ਕੋਲੋਂ ਆਹ ਗਲਤੀਆਂ ਹੋਈਆਂ, ਗੁਨਾਹ ਹੋਏ ਹੈ,
ਜਿਹਦੇ ਵਿੱਚ ਪੰਜਾਬ ਦਾ ਸਿੱਖਾਂ ਦਾ ਸਿੱਖ ਨੌਜਵਾਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਨੁਕਸਾਨ ਹੋਇਆ ਹੈ, ਸਾਡੀਆਂ ਭਾਵਨਾਵਾਂ ਭੜਕੀਆਂ, ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਅਕਾਲੀ ਦਲ ਨਾਲ ਮੋਹ ਭੰਗ ਹੋਇਆ, ਉਹਦਾ ਕਾਰਨ ਮੈਂ ਖੁਦ ਹਾਂ। ਬਲਵਿੰਦਰ ਸਿੰਘ ਭੁੰਦੜ ਹੋਣਾ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਬਣਾਇਆ, ਕਹਿੰਦੇ ਅਸੀਂ ਉਹਨੂੰ ਵੀ ਸਵੀਕਾਰ ਨਹੀਂ ਕਰਦੇ ਕਿਉਂਕਿ ਇਹ ਵੀ ਜਿਹੜੇ ਨੇ ਕੌਮ ਦੇ ਗੁਨਾਹਗਾਰ ਨੇ, ਇਹਨੂੰ ਤੁਸੀਂ ਕਿਵੇਂ ਦੇਖਦੇ? ਮੈਂ ਪਹਿਲਾਂ ਕਹਿ ਚੁੱਕਿਆ ਕਿ ਜਿਹੜੇ ਬੰਦੇ ਮਿਨਿਸਟਰ ਰਹੇ ਆ, ਸਿੰਘ ਸਾਹਿਬਾਂ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਤੌਰ 'ਤੇ ਆ ਕੇ, ਵਿਅਕਤੀਗਤ ਤੌਰ 'ਤੇ ਆ ਕੇ ਤੁਸੀਂ ਆਪਣੀ ਮੁਆਫ਼ੀ ਮੰਗੋ, ਆਪਣੇ ਗੁਨਾਹਾਂ ਨੂੰ ਕਬੂਲ ਕਰੋ। ਅਤੇ ਉਹਦੇ ਵਿੱਚ ਹੀ ਸਰਦਾਰ ਬਲਵਿੰਦਰ ਸਿੰਘ ਵੀ ਹੈ। ਦੂਸਰੀ ਗੱਲ, ਮੈਂ ਪਹਿਲਾਂ ਹੀ ਕਹਿ ਚੁੱਕਾ ਹੈ, ਭੁੰਦੜ ਸਾਹਿਬ ਅਤੇ ਅੰਮ੍ਰਿਤਧਾਰੀ ਸਿੱਖ ਹੀ ਨਹੀਂ, ਉਹ ਅੱਜ ਤੱਕ ਬਦਾੜੀ ਬਣਦੇ ਆ, ਉਹ ਸਿੱਖ ਭਾਵਨਾ ਦੇ। ਜੇ ਦੇਖੋ, ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਸ਼ਰਾਰਤ ਕੀਤੀ ਸੰਵਿਧਾਨ ਦੇ ਨਾਲ, ਉਹ ਸ਼ਾਇਦ 1996 ਵਿੱਚ ਜਦੋਂ ਮੋਗਾ ਕਾਨਫਰੰਸ ਹੋਈ, ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਪਾਰਟੀ ਦਾ ਨਾਮ ਪੰਜਾਬੀ ਪਾਰਟੀ ਰੱਖ ਲਿਆ। ਜਾਂ ਤਾਂ ਪੰਜਾਬੀ ਰੱਖਦੇ, ਦਾਅਵਾ ਕਰਦੇ ਅਕਾਲੀ ਦਲ ਦਾ, ਸੰਵਿਧਾਨ ਵਰਤਦੇ ਪੰਜਾਬੀ ਦਲ ਦਾ। ਇਸ ਕਰਕੇ ਸਾਨੂੰ ਉਹ ਸੰਵਿਧਾਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਇਹਨਾਂ ਨੇ, ਉਹ ਤਬਦੀਲੀਆਂ ਦੇ ਕਰਕੇ ਹੀ ਸਾਰਾ ਬੇੜਾ ਗਰਕ ਹੋਇਆ। ਜਿਹੜੇ ਉਦੋਂ ਦੇ ਇਹਨਾਂ ਦੇ ਸਲਾਹਕਾਰ ਸੀ, ਉਹਨਾਂ ਨੇ ਸੋਚਿਆ ਕਿ ਇੱਥੇ ਕਿਹਨੇ ਪੁੱਛਣਾ ਜੀ, ਜਿੱਥੇ ਲਿਖਿਆ ਪਾਤਰ ਸਿੱਖ ਨਹੀਂ ਹੋਣਾ ਚਾਹੀਦਾ, ਜਿੱਥੇ ਲਿਖਿਆ ਕਿ ਜਿਹੜਾ ਸਿੱਖ ਹੈ ਤਨਖਾਹੀਆ ਨਹੀਂ ਹੋਣਾ ਚਾਹੀਦਾ, ਉੱਥੇ ਲਿਖ ਦਿੱਤਾ ਸਾਬਤ ਸਬੂਤ ਹੋਣਾ ਚਾਹੀਦਾ, ਜਿੱਥੇ ਲਿਖਿਆ ਸੀ ਦਾੜ੍ਹੀ ਖੁੱਲ੍ਹੀ ਹੋਣੀ ਚਾਹੀਦੀ, ਉੱਥੇ ਲਿਖਤਾ ਦਾੜ੍ਹੀ ਰੱਖੀ ਹੋਣੀ ਚਾਹੀਦੀ ਹੈ। ਇਹੋ ਜਿਹੀਆਂ ਇਹਨਾਂ ਨੇ ਉਸ ਸੰਵਿਧਾਨ ਦੇ ਵਿੱਚ ਤਬਦੀਲੀਆਂ ਕੀਤੀਆਂ, ਜਿਹਦੇ ਕਰਕੇ ਆਹ ਸਾਰੀ ਮਾਰ ਪਈ ਹੈ। ਜਿਹੜਾ ਸੰਵਿਧਾਨ ਇਹ ਪੇਸ਼ ਕਰਦੇ ਆ, ਉਹ 1920 ਦਾ ਕਰਦੇ ਆ, ਕਹਿੰਦੇ ਸਾਡੀ ਜਦੋਂ ਵੀ ਬੋਲਦੇ ਆ ਕਿ ਇਹ 203 ਸਾਲ ਪੁਰਾਣੀ ਪਾਰਟੀ ਹੈ, ਅਤੇ ਫਿਰ ਸੰਵਿਧਾਨ ਵੀ ਤਾਂ ਉਹੀ ਹੈ, ਸੰਵਿਧਾਨ ਕਿਵੇਂ ਬਦਲਦਾ ਜੇ 203, ਜਾਂ ਤਾਂ ਕਹਿਣ 1996 ਤੋਂ ਆਪਦੇ ਸਾਲ ਗਿਣਨੇ ਸ਼ੁਰੂ ਕਰਨ, ਸਾਲ ਗਿਣਨੇ ਕਰਦੇ ਆ 1920 ਤੋਂ, ਅਤੇ ਸੰਵਿਧਾਨ ਵਰਤਦੇ 1986 ਦਾ 96 ਦਾ। ਇਸ ਕਰਕੇ ਇਹ ਜਿਹੜੀਆਂ ਅੰਦਰ ਖਾਤੇ ਗਲਤੀਆਂ ਕੀਤੀਆਂ, ਉਹਦਾ ਖਮਿਆਜ਼ਾ ਅੱਜ ਸਮੁੱਚੀ ਕੌਮ ਨੇ ਭੁਗਤਿਆ ਹੈ। ਉਹਦੇ ਕਾਰਨ, ਉਹਦੇ ਮੁੱਖ ਦੋਸ਼ੀ ਜਿਹੜੇ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ। ਸਰ ਜੀ, ਜਦੋਂ ਪਾਰਟੀ ਦੋ ਫਾੜ ਹੁੰਦੀ ਹੈ, ਜਲੰਧਰ ਦੇ ਵਿੱਚ ਇੱਕ ਧਿਰ ਜਿਹੜੀ ਚੰਦੂ ਮਾਜਰੇ ਹੋਰਾਂ ਵਾਲੀ, ਇੱਥੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ, ਮੀਟਿੰਗ ਹੁੰਦੀ ਹੈ, ਉਸ ਦੌਰਾਨ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਹੋਵੇ ਉਹ ਸਮਾਜਿਕ ਵੀ ਹੋਵੇ, ਧਾਰਮਿਕ ਵੀ ਹੋਵੇ, ਸਿਆਸੀ ਵੀ ਹੋਵੇ। ਇਸ ਨੂੰ ਕਿਸ ਤਰ੍ਹਾਂ ਦੇਖਦੇ ਕਿ ਧਾਰਮਿਕ, ਸਿਆਸੀ ਅਤੇ ਜਿਹੜਾ ਸਮਾਜਿਕ ਜਿਹੜਾ ਪ੍ਰਧਾਨ ਥਾਪਿਆ ਜਾਵੇ, ਇਸ ਨੂੰ ਕਿਸ ਤਰ੍ਹਾਂ ਦੇਖਦੇ? ਸਾਡਾ ਮੇਰੀ ਪੀਰ ਦਾ ਜਿਹੜਾ ਸੰਕਲਪ ਹੈ ਕਿ ਅੰਮ੍ਰਿਤਧਾਰੀ ਬੰਦਾ ਸਮਾਜਿਕ ਨਹੀਂ ਹੋ ਸਕਦਾ। ਬਿਲਕੁਲ, ਕਿ ਅੰਮ੍ਰਿਤਧਾਰੀ ਬੰਦਾ ਸਮਾਜਿਕ ਨਹੀਂ ਹੋ ਸਕਦਾ, ਉਹ ਹੋ ਸਕਦੇ ਆ, ਧਾਰਮਿਕ ਵੀ ਹੋ ਸਕਦਾ, ਉਹ ਪੋਲੀਟੀਕਲ ਵੀ ਹੋ ਸਕਦਾ, ਉਹ ਸਮਾਜਿਕ ਵੀ ਹੋ ਸਕਦਾ, ਇਹ 'ਚ ਕੋਈ ਦੋ ਰਹਿਣਾ ਨਹੀਂ। ਇੱਦਾਂ ਦਾ ਪ੍ਰਧਾਨ ਹੋਣਾ ਚਾਹੀਦਾ ਪਾਰਟੀ, ਇੱਦਾਂ ਦਾ ਹੋਣਾ ਚਾਹੀਦਾ। ਜਹੇਦਾ ਸਾਹਿਬ, ਤੁਸੀਂ ਇੱਕ ਗੱਲ ਕਹੀ ਸੀਗੀ ਕਿ ਜਿਹੜਾ ਪ੍ਰਧਾਨ ਹੋਵੇਗਾ ਹੁਣ ਉਹ ਪਾਰਟੀ ਦੇਖੇ ਕਿ ਕਿਹਨੂੰ ਪ੍ਰਧਾਨ ਲਾਉਣਾ ਹੈ, ਪਰ ਇੱਕ ਸਟੇਜ ਦੇ ਉੱਤੇ ਜਿੱਥੇ ਤੁਸੀਂ ਵੀ ਸੀਗੇ ਔਰ ਰਾਜਦੇਵ ਸਿੰਘ ਖਾਲਸਾ ਵੀ ਉੱਥੇ ਮੌਜੂਦ ਸੀ, ਉੱਥੇ ਕਿਹਾ ਗਿਆ ਸੀ ਕਿ ਅਸੀਂ ਜਿਹੜਾ ਦੁਬਾਰਾ ਸੁਰਜੀਤ ਕਰਨਾ ਅਕਾਲੀ ਦਲ, ਅਤੇ ਉਹਦੇ ਪ੍ਰਧਾਨ ਤੋਂ ਤੁਸੀਂ ਹੋਣੇ ਚਾਹੀਦੇ। ਮੈਂ ਉੱਥੇ ਖੰਡਨ ਕਰਤਾ ਸੀ, ਮੈਂ ਉਸੇ ਦਿਨ ਉਸੇ ਸਟੇਜ 'ਤੇ ਖੰਡਨ ਕਰਤਾ ਸੀ ਕਿ ਪਾਰਟੀਆਂ ਪਹਿਲਾਂ ਹੀ ਬਹੁਤ ਹੈ, ਅਸੀਂ ਪਾਰਟੀਆਂ ਨੂੰ ਇਕੱਠੀਆਂ ਕਰਨ ਦਾ ਯਤਨ ਕਰਾਂਗੇ, ਇਕੱਠੀਆਂ ਕਰਨ ਤੋਂ ਬਾਅਦ ਵੀ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਨਹੀਂ ਹੋਊਂਗਾ। ਉੱਥੇ ਖੰਡਨ ਕਰਤਾ ਸੀ, ਫਿਰ ਰਾਜਦੇਵ ਸਿੰਘ ਤੋਂ ਕਹਿ ਕੇ ਵੀ ਖੰਡਨ ਕਰਵਾਇਆ ਵੀ ਭਾਈ ਤੂੰ ਇਹ ਗੱਲ ਆਪਣੀ ਮਰਜ਼ੀ ਨਾਲ ਜਿਹੜੀ ਗੱਲ ਕਿਤੇ ਥੋਪੋਗੇ ਨਾ, ਉਹਨੂੰ ਸੰਗਤ ਸਵੀਕਾਰ ਨਹੀਂ ਕਰਨੀ।
ਅੱਛਾ, ਇੱਥੇ ਬੀਬੀ ਜਗੀਰ ਕੌਰ ਹੁਣਾਂ ਨੇ ਹਰਜਿੰਦਰ ਸਿੰਘ ਧਾਮੀ 'ਤੇ ਵੀ ਕਾਫੀ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਅੱਜ ਵੀ ਉਹ ਮੌਕੇ ਦੇ ਉੱਤੇ ਮੌਜੂਦ ਨਹੀਂ ਸੀ, ਉਹਨਾਂ ਦੇ ਨਾਲ ਵੀ ਇੱਕ ਵਾਰ ਜਿਹੜੀ ਹੈ ਸਿੰਘ ਸਾਹਿਬਾਨਾਂ ਨੂੰ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੁਕੋਈਆਂ ਨੇ, ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੀ। ਜੇ ਵਿਆਪਨ ਜੇ ਜਿਹੜੇ ਇਸ਼ਤਿਹਾਰ ਦਿੱਤੇ ਆ ਸੁਖਦਾ ਸਾਧ ਵੇਲੇ, ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਨਹੀਂ ਸੀਗੇ। ਪਰ ਜੇ ਇਹਦੇ ਤੋਂ ਇਲਾਵਾ ਹੋਰ ਵੀ ਕੋਈ ਗੱਲ ਹੈਗੀ ਹੈ ਜਿਹਦੇ ਬਾਰੇ ਬੀਬੀ ਜਗੀਰ ਕੌਰ ਨੂੰ ਪਤਾ ਹੈ, ਤਾਂ ਉਹਨੂੰ ਇੱਕ ਪੱਤਰ ਲਿਖ ਦੇਣਾ ਚਾਹੀਦਾ ਸਿੰਘ ਸਾਹਿਬਾਂ ਨੂੰ, ਸਿੰਘ ਸਾਹਿਬ ਜੀ ਆਹ ਜਿਹੜੇ ਇਹਨਾਂ ਇਹਨਾਂ ਗੱਲਾਂ ਦਾ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਹੈ, ਇਹ ਤੁਹਾਡੇ ਤੋਂ ਲੁਕੋ ਰਹੇ ਨੇ, ਉਹ ਦਿਨ ਤੱਕ ਕਰ ਦੇਣ, ਅਸੀਂ ਪਹੁੰਚਾ ਦਿਆਂਗੇ। ਦੇਖੋ ਇਹ ਇਹ ਜਿਹੜੀਆਂ ਗੱਲਾਂ ਨਾ, ਇਹ ਸਾਡਾ ਡੈਮੋਕ੍ਰੇਟਿਕ ਸੈਟਅਪ ਬਣਿਆ ਹੋਇਆ, ਉਹ ਦੁਨੀਆ ਦੇ ਸਾਹਮਣੇ ਅਸੀਂ ਕਿਸੇ ਦੇ ਉੱਪਰ ਇਹ ਨਹੀਂ ਥੋਪਣਾ ਚਾਹੁੰਦੇ ਕਿ ਅਸੀਂ ਕਿਸੇ ਧੌਣ ਫੜ ਕੇ ਉਹਦਾ ਜਿਹੜੀ ਪ੍ਰਧਾਨਗੀ ਖੋਲ੍ਹੀ ਹੈ ਅਤੇ ਉਹਨੂੰ ਫਲਾਇਨ ਨੂੰ ਦੇ ਦਿੱਤੀ ਹੈ। ਇਹ ਸੁਪਰਮੈਸੀ ਜਿਹੜੀ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੈ। ਅਕਾਲ ਤਖ਼ਤ ਸਾਹਿਬ ਚਾਹੁੰਦਾ ਕਿ ਡੈਮੋਕ੍ਰੇਟਿਕ ਵੇ ਦੇ ਨਾਲ ਅਸੀਂ ਦੁਨੀਆ ਨੂੰ ਦਿਖਾਈਏ ਕਿ ਵਾਕਿਆ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਗੁਨਾਹਗਾਰ ਹੈ, ਤਾਂ ਇਹ ਤੋਂ ਪ੍ਰਧਾਨਗੀ ਲਈ ਜਾ ਰਹੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜੇ ਸੁਖਬੀਰ ਸਿੰਘ ਬਾਦਲ ਅੱਜ ਵੀ ਪ੍ਰਧਾਨਗੀ ਨਹੀਂ ਛੱਡੂਗਾ, ਕੀ ਪ੍ਰਧਾਨਗੀ ਰੱਖ ਲੂਗਾ? ਨਹੀਂ ਰਹਿ ਸਕਦੀ ਪ੍ਰਧਾਨਗੀ, ਨਹੀਂ ਰਹਿ ਸਕਦੀ ਇਹਦੇ ਕੋਲ, ਕਿਉਂਕਿ ਇਹਨੂੰ ਹੁਣ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਹੁਣ ਤਾਂ ਵੈਸੇ ਹੀ ਸੋਚ ਲੈਣਾ ਚਾਹੀਦਾ ਕਿੰਨੇ ਇਹਦੇ ਨਾਲ ਜਥੇਦਾਰ ਨੇ, ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ, ਕਿੰਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿ ਚੁੱਕੇ ਨੇ। ਕੋਈ ਇਹਨੂੰ ਕਹਿਣ ਵਾਲਾ ਨਹੀਂ ਕਿ ਪ੍ਰਧਾਨ ਜੀ ਹੁਣ ਤੁਸੀਂ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਹੈ, ਤੁਸੀਂ ਨਹੀਂ ਰਹਿ ਸਕਦੇ। ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਇਹ ਤੋਂ ਪਾਰਟੀ ਪ੍ਰਧਾਨਗੀ ਖੋ ਨਹੀਂ ਸਕਦੀ, ਉਹ ਤਾਂ ਖੋਈ ਜਾਏਗੀ, ਖੋਈ ਜਾ ਰਹੀ ਹੈ। ਉਹਦੇ ਬਾਰੇ ਮੈਂ ਕਿਹਾ ਹੈ ਕਿ ਇੱਕ ਸਿੱਖ ਵਿਦਵਾਨਾਂ ਦਾ ਪੈਨਲ ਹੋਣਾ ਚਾਹੀਦਾ, ਮੈਂ ਕਹਾਂ, ਅਤੇ ਜਿਹਦੀ ਮੈਂ ਹਾਲੇ ਪੂਰੀ ਨੌਲੇਜ ਨਾ ਰੱਖਦਾ ਹੋਵਾਂ, ਕਿਉਂਕਿ ਇਹ 'ਚ ਮਰਡਰ ਵੀ ਹੋਏ, ਸਿੱਖਾਂ ਦੇ ਕਤਲ ਹੋਏ, ਇਹਦੇ ਵਿੱਚ ਭਾਵਨਾ ਵੀ ਹਰਟ ਹੋਈਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ, ਬਹੁਤ ਕੁਛ ਹੋਇਆ, ਇੱਥੇ ਸਾੜ ਫੂਕ ਵੀ ਹੋਈ, ਬੜਾ ਕੁਛ ਹੋਇਆ। ਉਹ ਇਹ ਸਭ ਦੀ ਤਫਤੀਸ਼ ਵਾਸਤੇ ਇੱਕ ਚੰਗਾ ਪੈਨਲ ਬਣ ਜਾਵੇ, ਜਿਹੜਾ ਇਕੱਲੇ ਇਕੱਲੇ ਕੇਸ ਦੀ ਜਿਹੜਾ ਨੌਲੇਜ ਰੱਖਦਾ ਉਹਨੂੰ ਸੌਂਪ ਦਿੱਤਾ ਜਾਵੇ, ਇਹਨੂੰ ਵਿਚਾਰੋ। ਕੁਝ ਗੱਲਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਇਹਦੀ ਕੋਈ ਮਾਫੀ ਨਹੀਂ। ਇਹ ਨਹੀਂ ਅੱਜ ਤੈਨੂੰ 5 ਦਿਨ ਦੀ ਤਨਖਾਹ ਲਾਤੀ ਅਤੇ ਤੂੰ ਉਦੋਂ ਬਾਅਦ ਫਿਰ ਪ੍ਰਧਾਨ ਬਣ ਜਾਈ, ਇੱਦਾਂ ਦੀ ਕੋਈ ਮਾਫੀ ਨਹੀਂ ਹੈਗੀ। ਨਹੀਂ ਇਹਦੀ ਇਹਦੀ ਸਜ਼ਾ ਤਾਂ ਇਹੀ ਹੈ ਵੀ ਤੂੰ ਉਮਰ ਭਰ ਇੰਨੇ ਪਾਠ ਕਰੀ ਚੱਲ, ਤੂੰ ਅਰਦਾਸ ਕਰੀ ਚੱਲ, ਕਦੇ ਗੁਰੂ ਗ੍ਰੰਥ ਸਾਹਿਬ, ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਦਾ, ਉਹਦਾ ਫੈਸਲਾ ਬੰਦਾ ਕਿਵੇਂ ਕਰੇ? ਉਹ ਤਾਂ ਕਹਿ ਸਕਦੇ ਹਾਂ ਕਿ ਇਹ ਇੱਕ ਸਾਡੀ ਸੁਪਰ ਪਾਵਰ ਰੱਬ ਹੈ ਗੁਰੂ ਗ੍ਰੰਥ ਸਾਹਿਬ, ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਤੂੰ ਤਾਂ ਉਹਦੇ ਸਨਮੁਖ ਰੋਜ਼ ਅਰਦਾਸ ਕਰ, ਹੋ ਸਕਦਾ ਤੈਨੂੰ ਇਸ ਜਨਮ ਦੇ ਵਿੱਚ ਜਾਂ ਦਰਗਾਹ 'ਚ ਕਿਤੇ ਬਖਸ਼ ਦੇਣ। ਬਿਲਕੁਲ ਬਿਲਕੁਲ, ਮੈਂ ਸਪਸ਼ਟ ਸ਼ਬਦਾਂ 'ਚ ਕਹਿਣਾ ਚਾਹੁੰਦਾ ਹੈ ਕਿ ਸੁਖਬੀਰ ਨੂੰ ਕਿਸੇ ਅਹੁਦੇ 'ਤੇ, ਕਿਸੇ ਸਰਪੰਚੀ ਦੇ ਅਹੁਦੇ ਤੋਂ ਲੈ ਕੇ ਮੁੱਖ ਮੰਤਰੀ ਦੇ ਤੱਕ ਕਿਸੇ ਅਹੁਦੇ 'ਤੇ ਨਹੀਂ ਰਹਿਣਾ ਚਾਹੀਦਾ। ਇਹਨੂੰ ਤਾ ਜ਼ਿੰਦਗੀ ਸਿਮਰਨ ਕਰਨਾ ਚਾਹੀਦਾ, ਪਛਤਾਪ ਕਰਨਾ ਚਾਹੀਦਾ, ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਇਹਦੇ ਕੀਤੇ ਗੁਨਾਹ ਕਿਤੇ ਸ਼ਾਇਦ ਗੁਰੂ ਬਖਸ਼ ਦੇਵੇ। ਸਿੰਘ ਸਾਹਿਬ, 2007 ਦੇ ਵਿੱਚ ਰਾਮ ਰਹੀਮ ਨੂੰ ਮਾਫੀ ਦਵਾਈ ਜਾਂਦੀ ਹੈ ਅਕਾਲ ਤਖ਼ਤ ਸਾਹਿਬ,
ਨਹੀਂ ਉਹ ਤਾਂ ਉਹ ਇਕੱਲੀ ਉਹ ਨਹੀਂ ਗੱਲ ਹੈਗੀ ਉਦੋਂ, ਕਿਉਂਕਿ ਉਹ ਤਾਂ ਜਦੋਂ ਉਹਨਾਂ ਨੂੰ ਮਾਫ਼ੀ ਦਿੱਤੀ ਸੀ ਉਹ ਮਾਫ਼ੀ ਰੱਦ ਕਰ ਦਿੱਤੀ ਗਈ ਸੀ। ਇਹਨਾਂ ਦੇ ਉੱਪਰ ਤਾਂ ਹੋਰ ਨੂੰ ਬਹੁਤ ਸੰਗੀਨ ਜਿਹੜੇ ਦੋਸ਼ ਹੈ ਕਿ ਇਹਨਾਂ ਨੇ ਸਿੰਘ ਸਾਹਿਬਾਂ ਦੀਆਂ ਪਦਵੀਆਂ ਵੀ ਵਰਤੀਆਂ। ਤੁਸੀਂ ਸਿੰਘ ਸਾਹਿਬ ਗਿਆਨੀ ਗੁਰਮਤਿ ਸਿੰਘ ਦੀ ਵੀਡੀਓ ਸੁਣੀ ਹੋਊਗੀ, ਉਹਨੇ ਕਿਹਾ ਕਿ ਸਾਨੂੰ ਤਲਬ ਕੀਤਾ ਗਿਆ ਕੋਠੀ ਦੇ ਵਿੱਚ, ਉੱਥੇ ਸਾਨੂੰ ਚਿੱਠੀ ਦਿੱਤੀ ਗਈ। ਇਹ ਸਾਰੀ ਪਿਕਚਰ ਦੇ ਪਿੱਛੇ ਸਰਦਾਰ ਸੁਖਬੀਰ ਸਿੰਘ ਹੈ। ਉਹਦੇ ਵਿੱਚ ਬਦਨਾਮ ਹੋਏ ਭਾਈ ਗੁਰਬਚਨ ਸਿੰਘ ਜੀ ਸਿੰਘ ਸਾਹਿਬ, ਬਦਨਾਮ ਹੋਏ ਭਾਈ ਮੱਲ ਸਿੰਘ ਜੀ, ਬਦਨਾਮ ਹੋਏ ਉਹਨਾਂ ਨੂੰ ਦੁਨੀਆ ਵਿੱਚ ਰੋਲ ਦਿੱਤਾ ਗਿਆ, ਆਪ ਅੰਦਰ ਛੁੱਪ ਕੇ ਰਹੇ। ਹੁਣ ਜਿਹੜੇ ਗੁਨਾਹ ਸਾਹਮਣੇ ਆ ਰਹੇ ਨਾ, ਮੈਂ ਤਾਂ ਹੀ ਕਹਿੰਦਾ ਵੀ ਕਿਉਂ ਇਹ ਸਜ਼ਾ ਮੱਲ ਸਿੰਘ ਪਾਸ਼ਚਾਤਾਪ ਕਰਦਾ ਕਰਦਾ ਉਹ ਇਹ ਦੁਨੀਆ ਤੋਂ ਚਲਿਆ ਗਿਆ। ਉਹ ਇੱਕ ਰੋਜ਼ ਉਹਦੇ ਮਨ ਦੇ ਵਿੱਚ ਬੋਝ ਹੁੰਦਾ ਸੀ ਕਿ ਮੈਂ ਇੱਕ ਟਕਸਾਲੀ ਸਿੰਘ ਇੰਨਾ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਕਈ ਕਿਤਾਬਾਂ ਇਤਿਹਾਸ 'ਤੇ ਲਿਖੀਆਂ ਉਹਨੇ, ਅਤੇ ਵੀ ਮੈਂ ਉਹਦੇ 'ਤੇ ਸਿਉਣ ਸਿਗਨੇਚਰ ਕਿਉਂ ਕਰਤੇ ਜਿਹੜੀ ਮਾਫ਼ੀ ਦੇਣ ਵਾਲੇ ਸੀ। ਉਹਨੇ ਮਾਫ਼ੀ ਰੱਦ ਵੀ ਕਰਤੀ, ਰੱਦ ਕਰਨ ਤੋਂ ਬਾਅਦ ਵੀ ਉਹ ਰੋਜ਼ ਮਰਦਾ ਸੀ, ਰੋਜ਼ ਪਾਸ਼ਚਾਤਾਪ ਕਰਦਾ ਸੀ, ਅਖੀਰ ਉਹਨੂੰ ਕੈਂਸਰ ਹੋ ਗਿਆ, ਉਹ ਮਰ ਗਿਆ। ਇਹਨਾਂ ਗੱਲਾਂ 'ਤੇ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਹੈ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਕਿਤੇ ਬੰਬੇ ਜਾ ਕੇ ਮੀਟਿੰਗ ਕਰ ਲਈ, ਕਿਤੇ ਡੇਰੇ ਜਾ ਕੇ ਮੀਟਿੰਗ ਕਰ ਲਈ, ਕਿਤੇ ਉਹਨਾਂ ਤੋਂ ਲਿਖਤੀ ਪਰਚਾ ਮੰਗਾ ਲਿਆ, ਪਰਚੀ ਹਿੰਦੀ 'ਚ ਮੰਗਾਇਆ, ਉਹਦੀ ਪੰਜਾਬੀ ਤਰਜਮਾਨੀ ਕਰਤੀ, ਸਿੰਘ ਸਾਹਿਬਾਂ 'ਤੇ ਧੌਂਸ ਦਿੱਤੀ ਗਈ ਵੀ ਤੁਸੀਂ ਇਹਨੂੰ ਹੁਣ ਮਾਫ਼ੀ ਦੇ ਦਿਓ, ਫਿਰ ਜਨਤਕ ਰੋਹ ਵਧਿਆ ਤਾਂ ਤੁਸੀਂ ਹੁਣ ਮਾਫ਼ੀ ਰੱਦ ਕਰ ਦਿਓ। ਇਹ ਖੇਡ ਬਣਾ ਕੇ ਰੱਖਿਆ ਸਾਡੀ ਸੁਖਰਮੇਸੀ ਨੂੰ, ਅਕਾਲ ਤਖ਼ਤ ਸਾਹਿਬ ਨੂੰ ਖੇਡ ਬਣਾ ਕੇ ਰੱਖਿਆ, ਜਿਹੜਾ ਕਿ ਹੁਣ ਸਭ ਕੁਝ ਸਾਹਮਣੇ ਆ ਰਿਹਾ। ਇਹ ਦਰਜਾ ਬਦਰਜਾ ਸਾਰੀਆਂ ਇਹਨਾਂ ਘਟਨਾਵਾਂ ਦੀ ਪੜਚੋਲ ਹੋਣੀ ਚਾਹੀਦੀ ਹੈ, ਅਤੇ ਪੜਚੋਲ ਮੁਤਾਬਕ ਹੀ ਇਹਨੂੰ ਸਜ਼ਾ ਲੱਗਣੀ ਚਾਹੀਦੀ। ਜਿਹੜੀ ਤੁਸੀਂ ਕਮੇਟੀ ਦਾ ਪ੍ਰਪੋਜ਼ਲ ਦਿੱਤਾ, ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਸੁਖਬੀਰ ਸਿੰਘ ਬਾਦਲ ਨੂੰ ਹੋਰ ਟਾਈਮ ਮਿਲੂਗਾ? ਇੰਨੇ ਕੇਸਿਸ ਕੋਈ ਗੱਲ ਨਹੀਂ, ਮਹੀਨਾ ਮਿਲ ਜੇ ਉਹਦੇ ਨਾਲ, ਪਹਿਲੇ ਹੀ ਬਹੁਤ ਬਣੀਆਂ ਰਿਪੋਰਟਾਂ ਪਹਿਲੇ ਬਹੁਤ ਹੈਗੀਆਂ। ਮੈਂ ਕਹਿੰਦਾ ਜਿਹੜੀਆਂ ਰਿਪੋਰਟਾਂ ਬਣੀਆਂ ਉਹ ਉਹਨਾਂ ਹੀ ਬੰਦਿਆਂ ਨੂੰ ਚੱਕ ਲੈਣ, ਜਿਵੇਂ ਜਸਟਿਸ ਰਣਜੀਤ ਸਿੰਘ ਨੇ ਆਪਣਾ ਪੱਖ ਰੱਖਿਆ, ਖੱਟਣਾ ਸਾਹਿਬ ਨੇ ਆਪਣਾ ਰੱਖਿਆ, ਰਣਵੀਰ ਸਿੰਘ ਨੇ, ਹੋਰ ਕਈਆਂ ਨੇ ਆਪਾਂ ਉਹਨਾਂ ਨੂੰ ਹੀ ਚੁੱਕ ਲੈਣ, ਉਹਨਾਂ ਨੂੰ ਸਾਹਮਣੇ ਲਿਆਉਣ ਜਾਂ ਵੀ ਤੁਸੀਂ ਦੱਸੋ ਤੱਥ ਕੀ ਆ। ਉਹਨਾਂ ਦੇ ਨਾਲ ਕੋਈ ਤਾਂ ਬੰਦਾ ਤੁਸੀਂ ਵਕੀਲ ਬਿਠਾਓਗੇ ਨਾ ਵੀ ਇਹ ਸੱਚ ਬੋਲ ਰਹੇ ਆ, ਇਹ ਸੁਖਬੀਰ ਸਿੰਘ ਨੂੰ ਐਵੇਂ ਤਾਂ ਨਹੀਂ ਪਸਾ ਰਹੇ, ਉਹਨਾਂ ਦਾ ਪੱਖ ਵੀ ਤਾਂ ਰੱਖਣਾ ਸੁਣਨਾ ਪਊਗਾ। ਵੈਰੀਫਾਈ ਕਰੇ, ਮਤਲਬ ਉਹ ਉਹਨਾਂ ਨੂੰ ਐਕਸਪਲੇਨ ਕਰਕੇ ਦੱਸੇ ਵੀ ਆਹ ਦੇਖੋ ਸਾਡੇ ਸਾਹਮਣੇ ਆਹ ਤੱਥ ਹੈ, ਆਹ ਸਬੂਤ ਹੈ। ਇਹਦੇ ਵਿੱਚ ਪੰਜਾਬ ਦੀ ਰਾਜਨੀਤੀ, ਅਕਾਲੀ ਦਲ ਔਰ ਤਖ਼ਤ ਕਿੱਥੇ ਖੜ੍ਹਾ? ਦੇਖੋ ਤਖ਼ਤ ਤਾਂ ਆਪਣੀ ਥਾਂ 'ਤੇ ਖੜ੍ਹੇ ਆ, ਤਖ਼ਤਾਂ ਨੇ ਕਿੱਥੇ ਜਾਣਾ? ਤਖ਼ਤ ਤਾਂ ਸੁਪਰਮੈਸੀ ਹੈ, ਤਖ਼ਤ ਤਾਂ ਤਖ਼ਤ ਹੈ। ਜਿਹੜੀ ਪੰਜਾਬ ਦੀ ਰਾਜਨੀਤੀ ਗੰਧਲੀ ਕੀਤੀ ਹੈ ਉਹ ਤੁਹਾਡੇ ਸਾਹਮਣੇ ਹੈ। ਅਸੀਂ ਅੱਜ ਤੋਂ ਨਹੀਂ, ਮੇਰਾ ਖਿਆਲ ਡੇਢ ਦੋ ਸਾਲ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਇੱਥੇ ਕਹਿੰਦੇ ਜੀ ਬੰਜਾਂ ਦਾ ਰਾਜ ਆ ਗਿਆ, ਇਹਨੂੰ ਕਹਿੰਦੇ ਸੀ ਭਗਵੰਤ ਸਿੰਘ ਮਾਨ ਨੂੰ। ਅਸੀਂ ਕਿਹਾ ਵੀ ਦੇਖੋ, ਜਿਹੜਾ ਅਕਾਲੀ ਦਲ ਸਿੱਖਾਂ ਦੀ ਪਾਰਟੀ ਮੰਨੀ ਜਾਂਦੀ ਸੀ, ਜਾਂ ਪੰਜਾਬੀਆਂ ਦੀ ਲੈ ਲਓ, ਪੰਜਾਬ ਦੀ ਪਾਰਟੀ ਮੰਨੀ ਜਾਂਦੀ ਸੀ, ਅਸੀਂ ਇਹਦਾ ਪੰਜਾਬੀਆਂ ਨੇ ਖੂਬ ਕੁੱਟਿਆ ਸੀ ਨਾ ਵੀ ਇੱਥੋਂ ਸਭ ਨੂੰ ਪਾਣੀ ਮਿਲੂਗਾ, ਇੱਥੋਂ ਸਭ ਦੀ ਪਿਆਸ ਬੋਝੂਗੀ। ਉਹਦੇ 'ਚ ਸੁਖਬੀਰ ਸਿੰਘ ਆਪ ਮਰੀ ਬਿੱਲੀ ਡਿੱਗ ਪਈ ਵਿੱਚ, ਅਤੇ ਬੰਜਾਂ ਨੇ ਆ ਕੇ ਹੋਰ ਖੂਹ ਪੱਟ ਲਿਆ, ਲੋਕ ਉਹਦੋਂ ਪਾਣੀ ਪੀਣ ਲੱਗ ਗਏ, ਇਹ ਖੂਹ ਖਾਲੀ ਹੋ ਗਿਆ ਕਿਉਂਕਿ ਮੁਸਕਿਆ ਹੋਇਆ ਪਾਣੀ ਸੀ ਇਹ 'ਚ। ਜਦੋਂ ਤੱਕ ਇਹ ਮਰੀ ਬਿੱਲੀ ਕੱਢਦੇ ਨਹੀਂ ਇਹ ਪਾਣੀ ਮੁਸਕਿਆ ਰਹਿਣਾ। ਨਾ ਕੋਈ ਕਿਉਂ ਕਿਸ ਦੇ ਨਾਲ ਅਕਾਲੀ ਦਲ ਖਤਮ ਹੁੰਦਾ ਕਿਤੇ? ਸੁਖਬੀਰ ਦੇ ਨਾਲ ਤਾਂ ਅਕਾਲੀ ਦਲ ਦਾ ਬਹੁਤ ਬੋਝ ਲੈ ਜਾਏਗਾ, ਜੇ ਪਾਸੇ ਹੋਏਗਾ ਤਾਂ ਬਹੁਤ ਜਲਦੀ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੀ ਉਹ ਬਹੁਤ ਕੁਝ ਪੰਜਾਬ ਇਸ ਸਿਆਸਤ ਨੂੰ ਉੱਪਰ ਲੈ ਜਾਏਗੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ
फेसबुक, इंस्टाग्राम, एक्स और व्हाट्सएप चैनल पर।